ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਪਿੱਛੇ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਦਾ ਟਾਈਟਲ ਸੀ ਕਿ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਉਹਨਾਂ ਵੱਲੋਂ ਚਲਾਇਆ ਜਾ ਰਿਹਾ ਇੱਕ ਐਪੀਸੋਡ ਨਈ ਸਵੇਰ ਦਾ ਨਿਆ ਸੰਦੇਸ਼ ਉਸ ਦੇ ਵਿੱਚ ਇਹ ਵੀਡੀਓ ਪੋਸਟ ਕੀਤੀ ਗਈ ਸੀ। ਜਿਸ ਦੇ ਚਲਦਿਆਂ ਕਾਫੀ ਵਿਵਾਦ ਚੱਲਿਆ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਧਰਮ ਨਹੀਂ ਚਲਾਇਆ ਜਾਂ ਲਹਿਰ ਚਲਾਈ ਇਸ ਤੇ ਕਾਫੀ ਵਿਵਾਦ ਚੱਲਿਆ। ਤੇ ਬਾਅਦ ਵਿੱਚ ਸਿੰਘਨਾਦ ਟੀਵੀ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਜੀ ਆਰਐਸਐਸ ਦੀ ਬੋਲੀ ਬੋਲ ਰਹੇ ਹਨ ਤਾਂ ਇਸ ਦਾ ਸਪਸ਼ਟੀਕਰਨ ਦਿੰਦਿਆਂ ਭਾਈ ਰਣਜੀਤ ਸਿੰਘ ਵੱਲੋਂ ਇੱਕ ਹੋਰ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਦਾ ਟਾਈਟਲ ਹੈ ਕਿ ਮੈਨੂੰ ਆਰਐਸਐਸ ਕਹਿਣ ਵਾਲਿਓ ਹੁਣ ਚਪਣੀ ਵਿੱਚ ਨੱਕ ਡੋਬੋ ਇਸੇ ਦੇ ਸੰਬੰਧ ਵਿੱਚ ਪ੍ਰਭਦੀਪ ਸਿੰਘ ਇੰਗਲੈਂਡ ਵਾਲੇ ਉਹਨਾਂ ਵੱਲੋਂ ਦੁਬਾਰਾ ਫਿਰ ਤੋਂ ਜਵਾਬ ਦਿੱਤਾ ਗਿਆ ਕਿ ਢੱਡਰੀਆਂ ਵਾਲੇ ਦੀ ਭਾਸ਼ਾ ਦਾ ਮਿਆਰ ਇਸ ਲੈਵਲ ਤੱਕ ਗireਗਾ ਇਹ ਆਸ ਨਹੀਂ ਸੀ ਇੱਕ ਗੱਲ ਤਾਂ ਹੁਣ ਸਪਸ਼ਟ ਹੈ ਕਿ ਇਹ ਬੌਧਿਕ ਕੰਗਾਲੀ ਦੀ ਚਰਮ ਸੀਮਾ ਤੇ ਪਹੁੰਚ ਗਿਆ ਹੈ ਤੇ ਗਾਲੀ ਗਲੋਚ ਵਾਲੀ ਭਾਸ਼ਾ ਰਹੀ ਵਿਚਾਰ ਤੋਂ ਭਗੌੜੇ ਹੋਣ ਦਾ ਆਖਰੀ ਹਥਿਆਰ ਵੀ ਵਰਤ ਗਿਆ ਹੈ ਨਾਲ ਹੀ ਸੁਖਦੇਵ ਸਿੰਘ ਜਰਮਨੀ ਉਹਨਾਂ ਵੱਲੋਂ ਵੀ ਇੱਕ ਪੋਸਟ ਫੇਸਬੁੱਕ ਤੇ ਪਾਈ ਗਈ ਹੈ ਭਾਈ ਰਣਜੀਤ ਸਿੰਘ ਦੀ ਇਸ ਵੀਡੀਓ ਦੇ ਸਬੰਧ ਵਿੱਚ ਉਹ ਕਹਿੰਦੇਗੇ ਅੱਜ ਆਪਗ੍ਰੇਡ ਕਾਫੀ ਖੁਸ਼ ਨੇ ਹੁਣ ਵੀ ਕਿਉਂ ਨਾ ਰੇਡੀਓ ਵਿਰਸਾ ਦੀ ਦੂਜੀ ਬ੍ਰਾਂਚ ਜੋ ਖੁੱਲ ਗਈ ਐ ਤੇ ਇਹਨਾਂ ਦਾ ਹੀ ਜਵਾਬ ਦਿੰਦੇ ਹਨੇਕ ਸਿੰਘ ਨਿਊਜ਼ੀਲੈਂਡ ਉਹਨਾਂ ਨੇ ਆਪਣੀ ਵੌਲ ਤੋਂ ਪੋਸਟ ਪਾ ਕੇ ਲਿਖਿਆ ਕਿ ਪ੍ਰਾਪਦੀਪ ਕਹਿੰਦਾ ਢੱਡਰੀਆਂ ਵਾਲੇ ਦੀ ਭਾਸ਼ਾ ਗਲਤ ਬੋਲਣ ਦਾ ਮਤਲਬ ਆ ਜਵਾਬ ਤੋਂ ਭੱਜਣਾ ਲੱਖ 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 ਦੀ ਲਾਹਨਤ ਤੁਹਾਡੇ ਵੀ ਕਤੀੜੇ ਤੈਨੂੰ 40 ਮਿੰਟਾਂ ਚ ਇਕੱਲਾ ਕੁੱਤੇ ਦਾ ਹਾੜੀ ਸੁਣਿਆ ਹੋਰ ਕੁੱਤੇ ਖਾਣੀ ਨਹੀਂ ਸੁਣੀ ਇੱਕ ਹੋਰ ਪੋਸਟ ਪਾਈ ਉਹਨਾਂ ਨੇ ਸਭ ਤੋਂ ਵੱਧ ਤਾਂ ਇਹੀ ਸਾੜਾ ਇਹਨਾਂ ਨੂੰ ਪ੍ਰਵਦੀਪ ਦੇ ਪ੍ਰੋਗਰਾਮ ਤੋਂ ਬਾਅਦ ਇਹਨਾਂ ਦੇ ਸਪੋਰਟਰ ਇਹਨਾਂ ਦੇ ਹੱਕ ਵਿੱਚ ਇੱਕ ਵੀ ਪੋਸਟ ਨਹੀਂ ਪਾਉਂਦੇ ਢੜੀਆਂ ਵਾਲਿਆਂ ਦੇ ਪ੍ਰੋਗਰਾਮ ਤੋਂ ਬਾਅਦ ਹਜ਼ਾਰਾਂ ਪੋਸਟਾਂ ਪੈ ਜਾਂਦੀਆਂ ਨੇ ਕੁਲਦੀਪ ਸਿੰਘ ਦੀਪਾ ਉਹ ਕਹਿੰਦੇ ਨੇ ਉਹਨਾਂ ਨੇ ਵੀ ਇੱਕ ਪੋਸਟ ਪਾਈ ਆ ਹਰਨੇਕ ਸਿੰਘ ਨੇ ਉਹਨਾਂ ਦੀ ਪੋਸਟ ਆਪਣੀ ਵੱਲ ਤੋਂ ਸਾਂਝੀ ਕੀਤੀ ਆ ਉਹ ਕਹਿੰਦੇ ਕਿ ਭਾਈ ਸਾਹਿਬ ਦੇ ਆਰਐਸਐਸ ਨਾਲ ਸੰਬੰਧਤ ਦੱਸਣ ਵਾਲਾ ਪ੍ਰਾਪਦੀਪ ਜਿਸ ਦੀ ਇੰਨੀ ਹਿੰਮਤ ਨਹੀਂ ਪਈ ਕਿ ਹਿੰਦੂ ਮਿਥਿਆਸ ਨੂੰ ਪ੍ਰਮੋਟ ਕਰਨ ਵਾਲੇ ਨੂੰ ਟੋਕ ਸਕਾਂ। ਇਹਦੇ ਪ੍ਰੋਗਰਾਮ ਵਿੱਚ ਇਹਦਾ ਕੋਈ ਖਾਸ ਮੰਦਾ ਇਹ ਸਿੱਧ ਕਰੰਦੇ ਹੋਇਆ ਸੀ ਕਿ ਕੁਦਰਤ ਇੱਕ ਨਹੀਂ। ਕਹਿੰਦਾ ਕਿ ਕਿਉਂਕਿ ਅਸੀਂ ਪਾਣੀ ਵਿੱਚ ਨਹੀਂ ਰਹਿ ਸਕਦੇ, ਮੱਛੀ ਪਾਣੀ ਵਿੱਚ ਰਹਿ ਸਕਦੀ ਆ ਪਰ ਬਾਹਰ ਨਹੀਂ। ਇਸ ਲਈ ਸਿੱਧ ਹੋ ਗਿਆ ਕਿ ਕੁਦਰਤ ਇੱਕ ਨਹੀਂ। ਗੁਰਬਾਣੀ ਕਹਿੰਦੀ ਆ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ ਪਰ ਸੀਤਾ ਘੜੇ ਵਿੱਚੋਂ ਪੈਦਾ ਹੋਈ ਸੀ। ਹੁਣ ਤਾਂ ਪਤੰਦਰੋਂ ਮੰਨ ਜਾਓ ਕਿ ਕੁਦਰਤ ਇੱਕ ਨਹੀਂ। ਆ ਜਾਗਰੂਕ ਪਹਿਰਾ ਦੇਣਗੇ ਗੁਰਬਾਣੀ ਤੇ ਅਗਲਾ ਕੁਛੜ ਚੜ ਕੇ ਇਹਨਾਂ ਦੀ ਦਾੜੀ ਮੁੰਨ ਗਿਆ ਹੁਣ ਦੱਸ ਵੇ ਕੀ ਕਹੀਏ ਕੁੱਤੇ ਦੇ ਹੱਡਾ ਜਾਂ ਹੱਡਾ ਰੋੜੀ ਦਾ ਕੁੱਤਿਆ ਕੌਣ ਆ ਭਗਵਤ ਦਾ ਚੇਲਾ ਆਹੀ ਗੱਲਾਂ ਜੇ ਕਿਸੇ ਕਾਲਰ ਨੇ ਵਿਰਸੇ ਰੇਡੀਓ ਤੇ ਕੀਤੀ ਹੁੰਦੀ ਇੱਕ ਸੈਕਿੰਡ ਦੇ ਵਿੱਚ ਝਾੜ ਕੇ ਤੋਰਨਾ ਸੀ ਭਾਵੇਂ ਜਿੰਨਾ ਮਰਜੀ ਖਾਸ ਹੁੰਦਾ ਤੇਰੇ ਵਾਂਗ ਸਾਂਝੀ ਜਈ ਗੋਲਮੋਲ ਨਹੀਂ ਸੀ ਕਰਨੀ ਇਹ ਜਵਾਬ ਪਾਈ ਹਰਨੇਕ ਸਿੰਘ ਨਿਊਜ਼ੀਲੈਂਡ ਉਹਨਾਂ ਨੇ ਆਪਣੀ ਬੋਲ ਤੋਂ ਪੋਸਟ ਕੀਤੇ ਨੇ ਤੁਹਾਡੇ ਇਸ ਦੇ ਸਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨੇ ਜੀ ਧੰਨਵਾਦ